ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ੍ਹ ਦਾ ਮੈਕਸੀਮਮ ਟੈਂਪਰੇਚਰ 20.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 19.9 ਡਿਗਰੀ ਸੈਂਟੀਗ੍ਰੇਡ ਸੀ। ਔਰ ਇਸੇ ਤਰ੍ਹਾਂ ਜੇ ਅਸੀਂ ਅੱਜ ਦਾ ਮਿਨੀਮਮ ਟੈਂਪਰੇਚਰ ਦੇਖੀਏ ਤਾਂ ਅੱਜ 7.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 6.4 ਡਿਗਰੀ ਸੈਂਟੀਗ੍ਰੇਡ ਹੈ। ਸੋ ਅਸੀਂ ਦੇਖ ਸਕਦੇ ਹਾਂ ਕਿ ਲਗਭਗ 1 ਡਿਗਰੀ ਸੈਂਟੀਗ੍ਰੇਡ ਡੇ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨੋਰਮਲ ਤੋਂ ਉੱਪਰ ਚੱਲ ਰਹੇ ਨੇ। ਪਰ ਜੇ ਅਸੀਂ ਪਿਛਲੇ ਸਾਲਾਂ ਦਾ ਵੈਦਰ ਦਾ ਡੇਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵੈਦਰ ਦੀ ਵੇਰੀਏਬਿਲਿਟੀ ਆ ਉਹ ਕਾਫੀ ਜ਼ਿਆਦਾ ਵਧੀ ਹੋਈ ਹੈਗੀ ਆ। ਜੇ ਅਸੀਂ ਪਿਛਲੇ ਇੱਕ ਦਹਾਕੇ ਦਾ ਡੇਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਜਿਵੇਂ ਅੱਜ ਦਾ ਮਿਨੀਮਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਹੈ, ਬਟ 2020 ਚ ਇਸੀ ਦਿਨ 2.2 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਸੀ, ਜਦੋਂ ਕਿ 2013 ਦੇ ਵਿੱਚ 10.4 ਡਿਗਰੀ ਸੈਂਟੀਗ੍ਰੇਡ ਸੀ। ਸੋ ਇਸ ਤਰ੍ਹਾਂ ਵੇਰੀਏਬਿਲਿਟੀ ਬਹੁਤ ਹੈਗੀ ਆ। ਔਰ ਇਸੇ ਤਰ੍ਹਾਂ ਜੇ ਅਸੀਂ ਡੇ ਟਾਈਮ ਟੈਂਪਰੇਚਰ ਦੇਖੀਏ ਉਹਦੇ ਵਿੱਚ ਵੀ ਜਿਵੇਂ ਅੱਜ 20.8 ਡਿਗਰੀ ਸੈਂਟੀਗ੍ਰੇਡ ਹੈ, 2021 ਚ ਇਸੇ ਦਿਨ 13 ਡਿਗਰੀ ਸੈਂਟੀਗ੍ਰੇਡ ਸੀਗਾ, ਜਦੋਂ ਕਿ ਪਿਛਲੇ ਸਾਲ 17 ਦਸੰਬਰ ਨੂੰ 21.6 ਡਿਗਰੀ ਸੈਂਟੀਗ੍ਰੇਡ ਸੀ। ਸੋ ਇਸ ਤਰ੍ਹਾਂ ਜਿਹੜੀ ਵੈਦਰ ਵੇਰੀਏਬਿਲਿਟੀ ਆ ਉਹ ਬਹੁਤ ਜ਼ਿਆਦਾ ਅਸੀਂ ਓਬਜ਼ਰਵ ਕਰ ਰਹੇ ਹਾਂ। ਹੁਣ ਜੋ ਟੈਂਪਰੇਚਰ ਕੰਡੀਸ਼ਨ ਨੇ ਜਿਵੇਂ ਨਾਈਟ ਟਾਈਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਚੱਲ ਰਿਹਾ, ਆਉਣ ਵਾਲੇ ਦਿਨਾਂ ਦੇ ਵਿੱਚ ਲਗਭਗ 2 ਡਿਗਰੀ ਸੈਂਟੀਗ੍ਰੇਡ ਤੱਕ ਦੀ ਗਿਰਾਵਟ ਅਸੀਂ ਓਬਜ਼ਰਵ ਕਰ ਸਕਦੇ ਹਾਂ ਨਾਈਟ ਟਾਈਮ ਟੈਂਪਰੇਚਰ। ਸੋ ਉਹਦੇ ਕਰਕੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਇੰਟੈਂਸ ਫੋਗ ਹੋ ਸਕਦੀ ਹੈ, ਔਰ ਇਹਦੇ ਕਰਕੇ IMD ਵੱਲੋਂ ਯੈਲੋ ਅਲਰਟ ਵੀ 20 ਔਰ 21 ਤਰੀਕ ਨੂੰ ਜਾਰੀ ਕੀਤਾ ਗਿਆ। ਲੋਕਾਂ ਨੂੰ ਸੁਚੇਤ ਰਹਿਣ ਦੀ ਜਿਹੜੀ ਸਲਾਹ ਦੇਵਾਂਗੇ ਜੀ, ਵੀ ਲੋਕ ਜਿਹੜਾ ਧਿਆਨ ਚ ਰੱਖਣ ਕਿਉਂਕਿ ਬੀਤੇ ਦਿਨ ਵੀ ਐਕਸੀਡੈਂਟ ਜਿਹੜੇ ਫੋਗ ਕਰਕੇ ਹੋਏ ਨੇ। ਬਿਲਕੁਲ ਜੀ, ਕਿਉਂਕਿ ਸੰਘਣੀ ਧੁੰਦ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੈ। ਸੋ ਸਾਰਿਆਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ, ਉਹਨਾਂ ਨੂੰ ਟਰੈਵਲ ਤਾਂ ਹੀ ਕਰਨਾ ਚਾਹੀਦਾ ਜੇ ਕੁਝ ਬਿਲਕੁਲ ਹੀ ਅਨਅਵੋਇਡੇਬਲ ਹੋਵੇ, ਅਦਰਵਾਈਜ਼ ਉਹਨਾਂ ਨੂੰ ਟਰੈਵਲ ਤੋਂ ਥੋੜਾ ਗੁਰੇਜ਼ ਕਰਨਾ ਚਾਹੀਦਾ। ਜੀ ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਕੱਲ੍ਹ ਦਾ ਮੈਕਸੀਮਮ ਟੈਂਪਰੇਚਰ 20.8 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਕੱਲ੍ਹ ਦਾ ਨੋਰਮਲ ਡੇ ਟਾਈਮ ਟੈਂਪਰੇਚਰ 19.9 ਡਿਗਰੀ ਸੈਂਟੀਗ੍ਰੇਡ ਸੀ। ਔਰ ਇਸੇ ਤਰ੍ਹਾਂ ਜੇ ਅਸੀਂ ਅੱਜ ਦਾ ਮਿਨੀਮਮ ਟੈਂਪਰੇਚਰ ਦੇਖੀਏ ਤਾਂ ਅੱਜ 7.4 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਦੋਂ ਕਿ ਅੱਜ ਦਾ ਨੋਰਮਲ ਮਿਨੀਮਮ ਟੈਂਪਰੇਚਰ 6.4 ਡਿਗਰੀ ਸੈਂਟੀਗ੍ਰੇਡ ਹੈ। ਸੋ ਅਸੀਂ ਦੇਖ ਸਕਦੇ ਹਾਂ ਕਿ ਲਗਭਗ 1 ਡਿਗਰੀ ਸੈਂਟੀਗ੍ਰੇਡ ਡੇ ਔਰ ਨਾਈਟ ਟਾਈਮ ਟੈਂਪਰੇਚਰ ਦੋਨੋਂ ਹੀ ਨੋਰਮਲ ਤੋਂ ਉੱਪਰ ਚੱਲ ਰਹੇ ਨੇ। ਪਰ ਜੇ ਅਸੀਂ ਪਿਛਲੇ ਸਾਲਾਂ ਦਾ ਵੈਦਰ ਦਾ ਡੇਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਜਿਹੜੀ ਵੈਦਰ ਦੀ ਵੇਰੀਏਬਿਲਿਟੀ ਆ ਉਹ ਕਾਫੀ ਜ਼ਿਆਦਾ ਵਧੀ ਹੋਈ ਹੈਗੀ ਹੈ। ਜੇ ਅਸੀਂ ਪਿਛਲੇ ਇੱਕ ਦਹਾਕੇ ਦਾ ਡੇਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਜਿਵੇਂ ਅੱਜ ਦਾ ਮਿਨੀਮਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਹੈ, ਬਟ 2020 ਚ ਇਸੀ ਦਿਨ 2.2 ਡਿਗਰੀ ਸੈਂਟੀਗ੍ਰੇਡ ਟੈਂਪਰੇਚਰ ਸੀ, ਜਦੋਂ ਕਿ 2013 ਦੇ ਵਿੱਚ 10.4 ਡਿਗਰੀ ਸੈਂਟੀਗ੍ਰੇਡ ਸੀ। ਸੋ ਇਸ ਤਰ੍ਹਾਂ ਵੇਰੀਏਬਿਲਿਟੀ ਬਹੁਤ ਹੈਗੀ ਆ। ਔਰ ਇਸੇ ਤਰ੍ਹਾਂ ਜੇ ਅਸੀਂ ਡੇ ਟਾਈਮ ਟੈਂਪਰੇਚਰ ਦੇਖੀਏ ਉਹਦੇ ਵਿੱਚ ਵੀ ਜਿਵੇਂ ਅੱਜ 20.8 ਡਿਗਰੀ ਸੈਂਟੀਗ੍ਰੇਡ ਹੈ, 2021 ਚ ਇਸੇ ਦਿਨ 13 ਡਿਗਰੀ ਸੈਂਟੀਗ੍ਰੇਡ ਸੀਗਾ, ਜਦੋਂ ਕਿ ਪਿਛਲੇ ਸਾਲ 17 ਦਸੰਬਰ ਨੂੰ 21.6 ਡਿਗਰੀ ਸੈਂਟੀਗ੍ਰੇਡ ਸੀ। ਸੋ ਇਸ ਤਰ੍ਹਾਂ ਜਿਹੜੀ ਵੈਦਰ ਵੇਰੀਏਬਿਲਿਟੀ ਆ ਉਹ ਬਹੁਤ ਜ਼ਿਆਦਾ ਅਸੀਂ ਓਬਜ਼ਰਵ ਕਰ ਰਹੇ ਹਾਂ। ਹੁਣ ਜੋ ਟੈਂਪਰੇਚਰ ਕੰਡੀਸ਼ਨ ਨੇ ਜਿਵੇਂ ਨਾਈਟ ਟਾਈਮ ਟੈਂਪਰੇਚਰ 7.4 ਡਿਗਰੀ ਸੈਂਟੀਗ੍ਰੇਡ ਚੱਲ ਰਿਹਾ, ਆਉਣ ਵਾਲੇ ਦਿਨਾਂ ਦੇ ਵਿੱਚ ਲਗਭਗ 2 ਡਿਗਰੀ ਸੈਂਟੀਗ੍ਰੇਡ ਤੱਕ ਦੀ ਗਿਰਾਵਟ ਅਸੀਂ ਓਬਜ਼ਰਵ ਕਰ ਸਕਦੇ ਹਾਂ ਨਾਈਟ ਟਾਈਮ ਟੈਂਪਰੇਚਰ। ਸੋ ਉਹਦੇ ਕਰਕੇ ਕਾਫੀ ਹਿੱਸਿਆਂ ਦੇ ਵਿੱਚ ਜਿਹੜੀ ਇੰਟੈਂਸ ਫੋਗ ਹੋ ਸਕਦੀ ਹੈ, ਔਰ ਇਹਦੇ ਕਰਕੇ IMD ਵੱਲੋਂ ਯੈਲੋ ਅਲਰਟ ਵੀ 20 ਔਰ 21 ਤਰੀਕ ਨੂੰ ਜਾਰੀ ਕੀਤਾ ਗਿਆ।
ਲੋਕਾਂ ਨੂੰ ਸੁਚੇਤ ਰਹਿਣ ਦੀ ਜਿਹੜੀ ਸਲਾਹ ਦੇਵੋਗੇ ਜੀ ਵੀ ਲੋਕ ਜਿਹੜਾ ਧਿਆਨ ਚ ਰੱਖਣ ਕਿਉਂਕਿ ਬੀਤੇ ਦਿਨ ਵੀ ਐਕਸੀਡੈਂਟ ਜਿਹੜੇ ਪੌਕ ਕਰਕੇ ਹੋਏ ਨੇ? ਬਿਲਕੁਲ ਜੀ, ਕਿਉਂਕਿ ਸੰਘਣੀ ਧੁੰਦ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦੀ ਹੈ, ਸੋ ਸਾਰਿਆਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ। ਉਹਨਾਂ ਨੂੰ ਟਰੈਵਲ ਤਾਂ ਹੀ ਕਰਨਾ ਚਾਹੀਦਾ ਜੇ ਕੁਝ ਬਿਲਕੁਲ ਹੀ ਅਨਵੋਇਡੇਬਲ ਹੋਵੇ, ਅਦਰਵਾਈਜ਼ ਉਹਨਾਂ ਨੂੰ ਟਰੈਵਲ ਤੋਂ ਥੋੜ੍ਹਾ ਗੁਰੇਜ਼ ਕਰਨਾ ਚਾਹੀਦਾ ਹੈ।